ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਿਰਮਲ ਸਿੰਘ ਗਿੱਲ ਹਾਜ਼ਰ ਹੋਇਆ ਵਾਂ ਪ੍ਰੋਗਰਾਮ ਮੇਰਾ ਪੰਜਾਬ ਲੈ ਕੇ। ਅੱਜ ਆਪਾਂ ਪਹੁੰਚੇ ਹਾਂ ਸਰਹੱਦੀ ਸ਼ਹਿਰ ਫਿਰੋਜ਼ਪੁਰ ਦੇ ਵਿੱਚ, ਜਿੱਥੇ ਪੀਰ ਬਾਬਾ ਸ਼ੇਰ ਸ਼ਾਹ ਵਾਲੀ ਜੀ ਦਾ ਸਾਲਾਨਾ ਉਰਸ ਮਨਾਇਆ ਜਾ ਰਿਹਾ ਆ। ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਸਾਲਾਨਾ ਉਰਸ ਨੂੰ ਤੁਹਾਡੇ ਨਾਲ ਰੂਬਰੂ ਕਰਾਇਆ ਜਾਵੇ, ਔਰ ਇਸ ਮੇਲੇ ਨੂੰ ਤੁਹਾਡੇ ਨਾਲ ਰੂਬਰੂ ਕਰਾਉਣ ਦੇ ਵਿੱਚ ਸਾਡਾ ਸਹਿਯੋਗ ਦੇ ਰਹੇ ਨੇ ਜੈਨਸਿਸ ਗਰੁੱਪ ਆਫ ਇੰਸਟੀਚਿਊਟ, ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ ਫਿਰੋਜ਼ਪੁਰ, ਹਾਰਮੋਨੀ ਆਯੁਰਵੈਦਿਕ ਕਾਲਜ ਫਿਰੋਜ਼ਪੁਰ, ਵੇ ਅਹੈਡ ਇਮੀਗ੍ਰੇਸ਼ਨ ਫਿਰੋਜ਼ਪੁਰ, ਹੋਟਲ ਅਲੀਜ਼ਾ ਫਿਰੋਜ਼ਪੁਰ, ਫਨ ਆਈਲੈਂਡ ਵਾਟਰ ਪਾਰਕ ਫਿਰੋਜ਼ਪੁਰ। ਔਰ ਆਈ ਹੋਪ ਕਿ ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਜ਼ਰੂਰ ਪਸੰਦ ਆਏਗੀ। ਆਓ ਜੁੜਦੇ ਹਾਂ ਮੇਲੇ ਦੇ ਵਿੱਚ, ਲੋਕਾਂ ਦੀ ਸ਼ਰਧਾ ਦੇਖਦੇ ਹਾਂ, ਉਤਸ਼ਾਹ ਦੇਖਦੇ ਹਾਂ ਕਿਸ ਤਰੀਕੇ ਨਾਲ ਫਿਰੋਜ਼ਪੁਰ ਵਾਸੀ ਇਸ ਮੇਲੇ ਨੂੰ ਮਨਾਉਂਦੇ ਨੇ। ਆਓ ਜੁੜਦੇ ਹਾਂ। ਲਓ ਜੀ, ਬਾਬਾ ਜੀ ਦਾ ਅੱਜ ਸਾਲਾਨਾ ਉਰਸ ਮਨਾਇਆ ਜਾ ਰਿਹਾ, ਝੰਡੇ ਦੀ ਰਸਮ ਹੋ ਰਹੀ ਹੈ। ਪੂਰੇ ਫਿਰੋਜ਼ਪੁਰ ਸ਼ਹਿਰ ਦੇ ਵਿੱਚੋਂ ਬੜੇ ਉਤਸ਼ਾਹ ਦੇ ਨਾਲ ਸੰਗਤ ਝੰਡੇ ਦੀ ਰਸਮ ਲੈ ਕੇ ਜਾ ਰਹੀ। ਨਗਰ ਵਿੱਚੋਂ ਲਾ ਆਪਣੇ ਆਪ ਦਾ ਮਚ ਲਈਏ, ਖੁਸ਼ਕ ਮੁੱਲਾਂ ਦੇ ਵਾਗ ਨੂੰ ਕੀ ਕਰਨਾ, ਉਹ ਇਸ਼ਕ ਵਾਲਿਆਂ ਤੋਂ ਸੌਦਾ ਸੱਚ ਲਈਏ, ਸੌਦਾ ਸੱਚ ਦਾ ਮਿਲਦਾ ਸੱਚਿਆਂ ਤੋਂ ਐਵੇਂ ਸੌਦਾ ਖਰੀਦਣਾ ਕੱਚ ਲਈਏ, ਰਾਜੀ ਪੀਰ ਫੂਸਾਂ ਵਾਲੇ ਨੂੰ ਕਰਨ ਖਾਦਨ, ਉਹ ਜੇਕਰ ਨੱਚਣਾ ਪਵੇ ਤੇ ਨੱਚ ਲਈਏ, ਸ਼ੇਰ ਸ਼ਾਹ ਬਲੀ ਜੀ ਨੂੰ ਕਿਹਾ ਜਾਂਦਾ ਹੈ ਕਿ ਹਜ਼ਰਤ ਪੀਰ ਬਾਬਾ ਸ਼ੇਰ ਸ਼ਾਹ ਵਾਲੀ ਜੀ ਦਾ ਫਿਰੋਜ਼ਪੁਰ ਦਾ ਇਹ ਦਰਬਾਰ ਉਹ ਦਰਬਾਰ ਹੈ ਜਿੱਥੇ ਕਿ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਆਪਣੀਆਂ ਮੰਨਤ ਮੰਗਦੀ ਹੈ ਅਤੇ ਇੱਥੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਇਸੇ ਕਰਕੇ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਇੱਕ ਬੜਾ ਵੱਡਾ ਰਸ਼, ਵੱਡੀ ਸੰਗਤ ਦਾ ਰਸ਼ ਮੈਂ ਪਿੱਛੇ ਚੱਲ ਰਿਹਾ ਆ, ਜਿਸ ਦੇ ਵਿੱਚ ਸੰਗਤ ਸਿਜਦਾ ਕਰਨ ਵਾਸਤੇ ਆਈ ਹੋਈ ਹੈ ਔਰ ਆਪਣੀਆਂ ਆਪਣੀਆਂ ਦਿਲਾਂ ਦੀਆਂ ਆਪਣੀਆਂ ਮਨੋਕਾਮਨਾ ਬਾਬਾ ਜੀ ਕੋਲ ਮੰਗ ਰਹੇ ਨੇ। ਆਹ
हजरत पीर बापू शेर शाहवली जी के दरबार का जिहड़ा है माहौल चल रहा है अज पीर बाबा शेर शाहवली दरबार आप फिरोजपुर तुहानू लैके जुड़े हैं। तुसीं मेरे मगर नज़र मार सकते हो कि पूरा मेला बड़े उत्साह के नाल फिरोजपुर के लोग फिरोजपुर के वासी इस मेले को मना रहे हैं। पूरे एक साल भर के संगत के बड़ा उत्साह होंगे इस मेले को लैके और मेले के अज थोड़े ही समय बाद एक सूफी कलाकार कंवर गरेवाल जुड़ रहे हैं जो कि इतने संगत को स्टेज मार रहे ने संगत निहाल करनगे और देखते परफॉर्मेंस कहो जी
ਹਸਮਾਨੂ ਗਾਵੇ ਉਹ ਮਸਤੀ ਮੈਂ ਫਿਰਦੀ ਨੀ ਮੇਰਾ ਦਿਲ ਕਾ ਯਾਰ ਵਜਾਵੇ ਉਹ ਮਸਤੀ ਮੈਂ ਫਿਰਦੀ ਰੂਹ ਮੇਰੀ ਅੱਲਾ ਅੱਲਾ ਗਾਵੇ ਉਹ ਗਾਵੇ ਗਾਵੇ ਅੱਲਾਹੂ ਅੱਲਾਹੂ ਦਾ ਆਵਾਜ਼ ਆਵੇ ਉਹ ਕੁੱਲੀ ਨੀ ਫਕੀਰ ਦੀ ਵਿੱਚੋਂ ਅੱਲਾ ਰੂਹ ਦਾ ਆਵਾਜ਼ ਆਵੇ ਉਹ ਕਹਿੰਦੀ ਹੁਣ ਨੀ ਪਰਵਾਹ ਦੁਨੀਆ ਪਈ ਖਸਮਾਂ ਨੂੰ ਖਾਵੇ ਆ ਦੁਨੀਆ ਪਈ ਖਸਮਾਂ ਨੂੰ ਖਾਵੇ ਉਹ ਮਸਤੀ ਮੈਂ ਉਹ ਵੀ ਬੇਪਰਵਾਹੀ ਚ ਦਿਲ ਲੱਗੀ ਸੀ ਛੜ ਪਰ ਮੈਂ ਉਹ ਬੇਪਰਵਾਹੀ ਕੀ ਬੋਲਦੀ ਸੀ ਉਹ ਕਹਿੰਦੀ ਸੀ